ਇਹ ਅਧਿਆਤਮਿਕ ਸੈਗਮੈਂਟ ਅਹੀਰ ਟਰਾਂਸਪੋਰਟੇਸ਼ਨ ਦੇ ਸਿੰਧਾ ਅਹੀਰ ਵੱਲੋਂ ਸਪਾਂਸਰ ਕੀਤਾ ਗਿਆ ਹੈ। ਆਪਣੀਆਂ ਸਾਰੀਆਂ ਟਰਾਂਸਪੋਰਟੇਸ਼ਨ ਅਤੇ ਲੌਜਿਸਟਿਕ ਜ਼ਰੂਰਤਾਂ ਲਈ ਯਾਦ ਰੱਖੋ ਅਹੀਰ ਟਰਾਂਸਪੋਰਟੇਸ਼ਨ। ਮੈਂ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਧਾਰਮਿਕ ਸੈਗਮੈਂਟ ਵਿੱਚ ਆਪ ਸਭ ਨੂੰ ਜੈ ਨੂੰ ਆਖਦੇ ਹਾਂ। ਗੁਰਗਿਆਨ ਸਮੁੰਦਰ ਸੀਰੀਜ਼ ਜਿਸ ਵਿੱਚ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਕਰ ਰਹੇ ਨੇ ਭਾਈ ਰਾਮ ਸਿੰਘ ਜੀ, ਜੋ ਕਿ ਰਜਾਇਨਾ ਤੋਂ ਆ ਕੇ ਤੁਹਾਡੇ ਨਾਲ ਸਾਂਝ ਪਾਇਆ ਕਰਦੇ ਨੇ। ਇਸ ਦੇ ਵਿੱਚ ਮੁੱਖ ਤੌਰ ਉੱਤੇ ਫੋਕਸ ਇਹੀ ਚੱਲ ਰਿਹਾ ਕਿ ਕਿਸ ਤਰੀਕੇ ਨਾਲ ਅਸੀਂ ਗੁਰਬਾਣੀ ਦੀ ਜੋ ਸੋਚ ਹੈ, ਜੋ ਗੁਰੂ ਸਾਹਿਬ ਨੇ ਸਾਨੂੰ ਦਿੱਤੀ, ਉਸ ਸਮਝ ਨੂੰ ਅਸੀਂ ਪਕੜ ਸਕੀਏ ਅਤੇ ਉਸ ਨਾਲ ਆਪਣੇ ਜੀਵਨ ਵਿੱਚ ਪਰਿਵਰਤਨ ਕਰ ਸਕੀਏ। ਅੱਜ ਪ੍ਰਚਾਰ ਤਾਂ ਬਹੁਤ ਕਿਸਮ ਦਾ ਹੋ ਰਿਹਾ। ਇੱਕ ਪ੍ਰਚਾਰ ਤਾਂ ਉਹ ਹੋ ਰਿਹਾ ਜਿਹੜਾ ਕਿ ਸਾਨੂੰ ਇਹ ਕਹਿੰਦਾ ਕਿ ਅਸੀਂ ਹੋਰ ਰੱਬ ਤੋਂ ਮੰਗੀਏ, ਹੋਰ ਕਿਹਦੇ ਕੋਲੋਂ ਮੰਗਣਾ ਜੇ ਰੱਬ ਤੋਂ ਨਹੀਂ ਮੰਗਣਾ। ਅਤੇ ਦੂਸਰੇ ਪਾਸੇ ਹੈਗਾ ਕਿ ਅਸੀਂ ਸਮਰਪਿਤ ਹੋ ਜਾਈਏ ਕਿ ਅਸੀਂ ਦੂਸਰਿਆਂ ਵਾਸਤੇ ਅਤੇ ਆਪਣੇ ਆਪ ਵਿੱਚ ਪਰਿਵਰਤਨ ਲਿਆ ਕੇ ਸਮਾਜ ਵਿੱਚ ਕੁਝ ਬਿਹਤਰੀ ਲਿਆਈਏ। ਸੋ ਇਹ ਜੋ ਪ੍ਰਚਾਰ ਦਾ ਕੋਨਸੈਪਟ ਹੈਗਾ, ਇਸ ਵਿੱਚੋਂ ਅਸੀਂ ਕੀ ਸਿੱਖਣਾ ਅਤੇ ਕਿਹੜੀ ਚੀਜ਼ ਸਾਡੇ ਵਾਸਤੇ ਸਹਾਈ ਹੈ ਜੋ ਗੁਰੂ ਸਾਹਿਬ ਕਹਿ ਰਹੇ ਨੇ, ਆਓ ਜੁੜਦੇ ਹਾਂ ਭਾਈ ਰਾਮ ਸਿੰਘ ਜੀ ਨਾਲ ਅਤੇ ਜਾਣਕਾਰੀ ਲੈਣੇ। ਭਾਈ ਸਾਹਿਬ ਜੀ ਆਇਆਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਕੋਨਸੈਪਟ ਆਫ ਪ੍ਰਚਾਰ ਜਿਹੜਾ ਅਸੀਂ ਗੱਲ ਕਰਦੇ ਹਾਂ, ਪ੍ਰਚਾਰ ਗੁਰੂ ਸਾਹਿਬ ਦੇ ਸਮੇਂ ਸੀ। ਗੁਰੂ ਸਾਹਿਬ ਜਿੱਥੇ ਜਾਂਦੇ ਸੀ ਉਹ ਪ੍ਰਚਾਰ ਰਾਹੀਂ, ਵਿਚਾਰ ਵਟਾਂਦਰੇ ਰਾਹੀਂ ਗੱਲਬਾਤ ਕਰਦੇ ਸੀ। ਕੋਈ ਕਿਤੇ ਵੀ ਅਸੀਂ ਨਹੀਂ ਦੇਖਦੇ, ਕੋਈ ਵੀ ਸਾਨੂੰ ਇੰਸਟੈਂਸ ਮਿਲਿਆ ਹੋਏ ਜਿੱਥੇ ਕਿ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਕਿ ਨਹੀਂ ਮੈਂ ਹੀ ਠੀਕ ਹਾਂ, ਬਲਕਿ ਸਭ ਸੁਣ ਕੇ ਆਪਣਾ ਇੱਕ ਵਿਚਾਰ ਦੇ ਦਿੰਦੇ ਸੀ ਜਿਸ ਨਾਲ ਕਿ ਪ੍ਰਭਾਵਿਤ ਹੋ ਜਾਂਦੇ ਸੀ ਲੋਕ। ਭਾਵੇਂ ਉਹ ਸਿੱਧ ਗੋਸ਼ ਨੂੰ ਅਸੀਂ ਪੜ੍ਹ ਲਈਏ ਅਤੇ ਭਾਵੇਂ ਜੇ ਕੌਡਰ ਰਾਕਸ਼ਸ ਦੀ ਗੱਲ ਕਰ ਲਓ ਜਾਂ ਜਿੱਥੇ ਵੀ ਗਏ ਹੈਗੇ ਨੇ, ਪਰ ਅੱਜ ਪ੍ਰਚਾਰ ਦੇ ਵਿੱਚ ਕੁਝ ਹੋਰ ਹੀ ਸਾਨੂੰ ਨਜ਼ਰ ਆ ਰਿਹਾ। ਪ੍ਰਚਾਰਕ ਸ਼੍ਰੇਣੀ ਦੀ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅੱਜ ਇਸ ਪੱਖੋਂ ਵੀ ਅਸੀਂ ਦੇਖ ਰਹੇ ਹਾਂ ਕਿ ਕੌਮ ਦੇ ਵਿੱਚ ਬਹੁਤ ਘੱਟ ਐਸੇ ਲੋਕ ਆ ਰਹੇ ਨੇ ਤੁਹਾਡੇ ਵਰਗੇ। ਕਿਉਂਕਿ ਮੈਨੂੰ ਯਾਦ ਹੈ 2013 ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਮਿਲਿਆ ਸੀ, ਅਸੀਂ ਇਸੀ ਥਾਂ ਦੇ ਉੱਤੇ ਪ੍ਰੋਗਰਾਮਸ ਕੁਝ ਕੀਤੇ ਸੀ, ਅਤੇ ਮੈਨੂੰ ਇੱਕ ਝਲਕ ਪਈ ਸੀ ਕਿ ਤੁਸੀਂ ਕਮਿਊਨਿਟੀ ਨੂੰ ਕੌਮ ਦੇ ਵਿੱਚ ਤੁਸੀਂ ਇਹ ਜੋ ਗੁਰੂ ਦੀ ਸੋਚ ਹੈ ਉਸਨੂੰ ਵੰਡਣਾ ਚਾਹੁੰਦੇ ਹੈਗੇ। ਪਰ ਕਈ ਵਾਰ ਅਸੀਂ ਦੇਖਦੇ ਹਾਂ ਕਿ ਪ੍ਰਚਾਰ ਦੇ ਵਿੱਚ ਜੋ ਸਾਨੂੰ ਦੱਸਿਆ ਜਾਂਦਾ ਉਹਦੇ ਵਿੱਚ ਸਿਰਫ ਅਸੀਂ ਆਪਣੇ ਤੱਕ ਸੀਮਿਤ ਰਹਿ ਜਾਂਦੇ ਹਾਂ। ਇਹਦੇ ਮੁਤਾਲੇ ਦੱਸੋ ਕਿ ਗੁਰੂ ਸਾਹਿਬ ਜੋ ਸਾਡੇ 'ਚ ਇਹ ਵਿਸ਼ਾਲ ਸੋਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ, ਗੁਰਬਾਣੀ 'ਚ ਅਸੀਂ ਕੀ ਸਿੱਖ ਸਕਦੇ ਹਾਂ? ਵੀਰ, ਮੈਂ ਥੋੜ੍ਹਾ ਜਿਹਾ ਉਹ ਵੀ ਟੱਚ ਕਰਾਂਗਾ। ਪ੍ਰਚਾਰ ਦੇ ਪੱਖ 'ਤੇ ਅੱਜ ਤਿੰਨ ਸਾਡੀਆਂ ਕੜੀਆਂ ਕਮਜ਼ੋਰ ਹੁੰਦੀਆਂ ਜਾ ਰਹੀਆਂ ਨੇ ਜੀ। ਨੰਬਰ 1, ਪ੍ਰਬੰਧਕ ਜਿਹੜੇ ਨੇ, ਸਾਰੇ ਨਹੀਂ ਹੁੰਦਾ ਪਰ ਬਹੁਤੇ ਨੇ, ਜਿਨ੍ਹਾਂ ਦੇ ਕੋਲ ਪਰਖ ਹੀ ਕੋਈ ਨਹੀਂ ਵਿਧੇ ਜੀ, ਵੀ ਇਸ ਦੇ ਪ੍ਰਚਾਰ ਤੋਂ ਸੰਗਤ ਨੂੰ ਕੀ ਫਾਇਦਾ ਹੋ ਰਿਹਾ, ਇਸ ਦੇ ਪ੍ਰਚਾਰ ਤੋਂ ਸੰਗਤ ਨੂੰ ਕੀ ਫਾਇਦਾ ਹੋ ਰਿਹਾ, ਉਹਨਾਂ ਦੇ ਅੰਦਰ ਕੋਈ ਪਰਖ ਨਹੀਂ। ਉਹਨਾਂ ਦਾ ਫਾਰਮੂਲਾ ਕੀ ਹੈ ਕਿ ਜਿਸ ਬੰਦੇ ਨੂੰ ਬੁਲਾ ਕੇ ਸਾਨੂੰ ਮਿਹਨਤ ਘੱਟ ਕਰਨੀ ਪਵੇ ਅਤੇ ਗੋਲਕ 'ਚ ਪੈਸਾ ਜ਼ਿਆਦਾ ਆ ਜਾਵੇ, ਬਸ ਇੱਥੇ ਕਿਤੇ ਕਰ ਟਾਰਗੇਟ ਪ੍ਰਬੰਧਕਾਂ ਦਾ ਜਦੋਂ ਹੋ ਜਾਂਦਾ ਤਾਂ ਉਹਦੇ 'ਚ ਬਹੁਤ ਸਾਰੇ ਹੀਰੇ ਰੁਲ ਰਹੇ ਨੇ ਕਿਉਂਕਿ ਉਹ ਫੇਮਸ ਨਹੀਂ ਹੈ, ਠੀਕ ਹੈ ਜੀ। ਅਤੇ ਬਹੁਤ ਸਾਰੇ ਉਸ ਤਰ੍ਹਾਂ ਦੇ ਚੱਲ ਜਾਂਦੇ ਨੇ ਜਿਹੜੇ ਫੇਮਸ ਹੀ ਹੈ, ਬਾਕੀ ਕੋਈ ਬਹੁਤਾ ਪ੍ਰਾਪਤੀ ਨਹੀਂ ਹੈ। ਤਾਂ ਇਸ ਲਈ ਕਮਜ਼ੋਰੀ, ਇੱਕ ਕੜੀ ਕਮਜ਼ੋਰ ਹੋ ਗਈ ਕਿ ਪ੍ਰਬੰਧਕਾਂ ਦੇ ਕੋਲ ਪਰਖ ਕੋਈ ਨਹੀਂ, ਉਹ ਸਿਰਫ ਉਹਨਾਂ ਨੇ ਦੇਖਣਾ ਫੋਕਸ ਗੋਲਕ ਕਿਵੇਂ ਵਧੇ, ਠੀਕ ਹੈ ਜੀ। ਦੂਸਰਾ ਪੱਖ, ਜਦੋਂ ਪ੍ਰਚਾਰਕ ਨੂੰ ਇਹ ਹੈਗਾ ਕਿ ਕਿਸ ਸਟੇਜ 'ਤੇ ਜਾ ਕੇ ਮੈਨੂੰ ਪੈਸੇ ਜ਼ਿਆਦਾ ਮਿਲਣੇ ਨੇ, ਠੀਕ ਹੈ ਜੀ, ਅਤੇ ਉਹਦੇ ਅੰਦਰ ਫਿਰ ਉਹਨੇ ਪਹਿਲਾਂ ਤਾਂ ਉਹ ਸਟੇਜਾਂ ਹੀ ਉਹ ਚੁਣਨੀਆਂ ਜਿੱਥੇ ਪੈਸੇ ਜ਼ਿਆਦਾ ਮਿਲਣੇ ਨੇ। ਕਈ ਵਾਰ ਤਾਂ ਵੀਰ ਜੀ ਕਹਿਣਾ ਬਣਦਾ ਨਹੀਂ ਹੈ, ਸਪੋਟਰ ਰੱਖੇ ਗਏ ਨੇ, ਠੀਕ ਹੈ, ਉਹਨਾਂ ਸਪੋਟਰਾਂ ਨੇ ਜਿਹੜਾ ਹੈ ਉਹਦਾ ਘਰਾਂ 'ਚ ਪ੍ਰੋਗਰਾਮ ਫਿੱਟ ਕਰ ਦੇਣੇ ਨੇ ਤਾਂ ਕਿ ਘਰਾਂ 'ਚ ਖਾਣੇ ਵੀ ਇਹਨਾਂ ਨੂੰ ਕਰਾਏ ਜਾਣ, ਉੱਥੇ ਚਾਰ ਪੈਸੇ ਵੀ ਬਣ, ਰੱਬ ਜਾਣੇ ਕਿੱਦਾਂ ਚੱਲ ਰਿਹਾ। ਜੇ ਪ੍ਰਚਾਰਕ ਦੇ ਅੰਦਰ ਇਹ ਹੈਗਾ ਵੀ ਇਸ ਸਟੇਜ ਤੋਂ ਮੈਨੂੰ ਪੈਸੇ ਜ਼ਿਆਦਾ ਮਿਲਣੇ ਨੇ, ਇਸ ਸਟੇਜ ਤੋਂ ਪੈਸੇ ਜ਼ਿਆਦਾ ਮਿਲਣੇ ਨੇ, ਤਾਂ ਫਿਰ ਉਸ ਸਟੇਜ ਦੇ ਪ੍ਰਬੰਧਕਾਂ ਦੀ ਅਤੇ ਸੰਗਤ ਦੀ ਸੋਚ ਅਨੁਸਾਰ ਇੱਥੇ ਬੋਲ ਜਾਣਾ, ਉੱਥੇ ਉਸ ਮੁਤਾਬਕ ਬੋਲ ਜਾਣਾ, ਅਤੇ ਉਹਨਾਂ ਨੂੰ ਖੁਸ਼ ਕਰਨ ਦੀ ਉਹਨੇ ਕੋਸ਼ਿਸ਼ ਕਰਨੀ ਹੈ ਕਿਉਂਕਿ ਪੈਸਾ ਫੋਕਸ ਹੈ, ਅਤੇ ਇਹ ਵੀ ਕੜੀ ਕਮਜ਼ੋਰ ਹੋ ਗਈ। ਪ੍ਰਬੰਧਕਾਂ ਦਾ ਪੈਸਾ ਵੀ ਜਿਹੜਾ ਹੈ ਉਹ ਫੋਕਸ ਪੈਸਾ ਹੋ ਗਿਆ ਗੋਲਕ ਦੇ ਥਰੂ, ਉਹਦਾ ਪੈਸਾ ਭੇਟਾ ਦੇ ਥਰੂ ਹੋ ਗਿਆ। ਅਤੇ ਦੂਸਰੇ ਪਾਸੇ ਜਿਹੜੀ ਕੜੀ ਕਮਜ਼ੋਰ ਹੋ ਗਈ ਉਹ ਇਹ ਕਿ ਜਿਹਦੇ ਬਾਰੇ ਪਬਲਿਸਿਟੀ ਜ਼ਿਆਦਾ ਹੈ, ਜਿਹੜਾ ਫੇਮਸ ਹੈਗਾ, ਜਿਹਦੇ ਬਾਰੇ ਸਾਰੀ ਗੱਲਾਂ ਕਰਨ ਲੱਗ ਗਏ, ਉੱਥੇ ਅਸੀਂ ਭੀੜਾਂ ਕੱਤ ਦਿੰਦੇ ਹਾਂ, ਠੀਕ ਹੈ। ਦੂਸਰੇ ਬੰਦੇ ਤੋਂ ਸਾਨੂੰ ਬਹੁਤ ਕੁਛ ਮਿਲਦਾ ਹੋਵੇ ਪਰ ਉਹ ਫੇਮਸ ਨਹੀਂ ਹੈ ਅਤੇ ਅਸੀਂ ਜਾਣ ਨੂੰ ਤਿਆਰ ਨਹੀਂ ਹੈ, ਠੀਕ। ਦੂਸਰੀ ਗੱਲ, ਜਿਹੜਾ ਫੇਮਸ ਹੈ ਉਹਨੂੰ ਭੱਜ ਕੇ ਘਰ ਸੱਦਾਂਗੇ, 10-15 ਪਰਿਵਾਰਾਂ ਨੂੰ ਵੀ ਸੱਦਾਂਗੇ, ਸਾਰਿਆਂ ਨੂੰ ਕਵਾਂਗੇ ਨਾਲ ਭੇਟਾ ਵੀ ਦਿਓ, ਠੀਕ ਹੈ ਨਾ। ਅਤੇ ਜਿਹੜਾ ਬੰਦਾ ਕੁਛ ਕਰ ਰਿਹਾ ਉਹਦੇ ਬਾਰੇ ਸਾਡੀ ਪਰਖ ਹੀ ਕੋਈ ਨਹੀਂ, ਤਾਂ ਉਹ ਕੜੀਆਂ ਇੱਕ ਕਮਜ਼ੋਰ ਹੋ ਰਹੀਆਂ ਨੇ। ਮੈਂ ਤਾਂ ਇੱਕੋ ਹੀ ਗੱਲ ਕਹਾਂਗਾ, ਜਿਸ ਪ੍ਰਚਾਰ ਦੇ ਨਾਲ ਹਰ ਇੱਕ ਦੇ ਅੰਦਰ ਇਹ ਆਵੇ ਕਿ ਮੈਂ ਕੌਮ ਲਈ ਕੁਛ ਕਰਨਾ ਅਤੇ ਮੈਂ ਕੁਛ ਬਣਨਾ, ਗੁਰੂ ਸਾਹਿਬ ਦੀਆਂ ਨਜ਼ਰਾਂ 'ਚ ਕੁਛ ਬਣਨਾ ਅਤੇ ਗੁਰੂ ਸਾਹਿਬ ਦੀ ਬਖਸ਼ਿਸ਼ ਲੈਣ ਵਾਸਤੇ ਕੌਮ ਲਈ ਕੁਛ ਕਰਨਾ, ਅਤੇ ਪ੍ਰਚਾਰ ਉੱਥੇ ਕਾਮਯਾਬ ਹੋਏਗਾ, ਰਾਈਟ।
ਅਤੇ ਮੇਰੀ ਹਮੇਸ਼ਾ ਕੋਸ਼ਿਸ਼ ਵੀ ਹੁੰਦੀ ਹੈ ਕਿ ਉਹ ਕੋਨਸੈਪਟ ਸੰਗਤ ਵਿੱਚ ਵਿਚਾਰੇ ਜਾਣ ਤਾਂ ਕਿ ਦਰਸ਼ਕਾਂ ਨੇ ਸੁਣਦਿਆਂ ਉੱਥੇ ਬੈਠਿਆ ਲੱਗੇ ਵੀ ਅਸੀਂ ਵੀ ਕੁਛ ਕਰੀਏ। ਰਾਈਟ, ਠੀਕ ਹੈ ਨਾ। ਇੱਕ ਚਾਅ ਜਿਹੜਾ ਉਹ ਪੈਦਾ ਹੋਏ ਜਿਹਦੇ ਨਾਲ ਕਿ ਅਸੀਂ ਕੌਮੀ ਸੇਵਾ ਦਾ ਜਿਹੜਾ ਜਜ਼ਬਾ ਉਹ ਸਾਡੇ 'ਚ। ਹਾਂਜੀ, ਮੈਨੂੰ ਉਹਦੇ 'ਚ ਘੱਟ ਬਣੇ ਕੋਈ ਫਰਕ ਨਹੀਂ ਪਏਗਾ, ਨਾ ਵੀ ਬਣੇ ਤਾਂ ਵੀ ਕੋਈ ਫਰਕ ਨਹੀਂ ਪਏਗਾ। ਪਰ ਜਦੋਂ ਇੱਕ ਨੌਜਵਾਨ ਵਲੰਟੀਅਰ ਬਣ ਕੇ ਤੁਰਦਾ ਹੈ ਅਤੇ ਉਹ ਕਹਿੰਦਾ ਵੀ ਮੈਂ ਤਾਂ ਅੰਕਲ ਜੀ ਦੀਆਂ ਵਿਚਾਰਾਂ ਸੁਣ ਕੇ ਵਲੰਟੀਅਰ ਬਣਿਆ, ਜਿਹੜਾ ਅੰਦਰ ਸ਼ੁਕਰਾਨਾ ਅਤੇ ਆਨੰਦ ਰਸ ਹੈ ਵੀਰ ਜੀ, ਉਹ ਕਿਤੋਂ ਮੁੱਲ ਨਹੀਂ ਮਿਲ ਸਕਦਾ। ਬਿਲਕੁਲ, ਐਬਸੋਲੂਟਲੀ। ਇਹਦਾ ਸੰਬੰਧ ਤੁਹਾਡਾ ਬੜਾ ਕਮਾਲ ਦਾ ਸ਼ਬਦ ਹੈ, ਅੰਦਰੂਨੀ ਜੰਗ ਤੋਂ ਹੀ ਸ਼ੁਰੂ ਹੋਏਗਾ। ਠੀਕ ਹੈ, ਅਤੇ ਜੰਗ ਜਾਰੀ ਹੈ, ਜਿੱਤ ਖਾਲਸੇ ਦੀ ਹੋਏਗੀ। ਅਤੇ ਉਹ ਜਿਹੜੀ ਜੰਗ ਹੈ ਉਸ ਨੂੰ ਜਿੱਤਣ ਵਾਸਤੇ ਸਭ ਤੋਂ ਵੱਡੀ ਐਨਰਜੀ, ਸਭ ਤੋਂ ਵੱਡੀ ਸ਼ਕਤੀ ਕੀ ਹੈ? ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਸਮਰਪਿਤ ਹੋ ਕੇ। ਪਿੱਛੇ ਪੰਕਤੀ ਜਿਹੜੀ ਆਪਾਂ ਵਿਚਾਰ ਰਹੇ ਸੀ ਪਿਛਲੇ ਐਪੀਸੋਡ ਵਿੱਚ, ਸਹਿਜੇ ਹੀ ਹਰ ਨਾਮ ਸਮਾਇਆ, ਅੰਦਰ ਆਤਮਿਕ ਅਡੋਲਤਾ ਅਤੇ ਬਾਹਰ ਸਹਿਜ, ਉਹਦੇ ਪ੍ਰਤੀ ਮੈਂ ਇੱਕ ਸ਼ਬਦ ਕਹਿਣਾ ਚਾਹਾਂਗਾ ਦਰਸ਼ਕਾਂ ਨੂੰ, ਵਿਸ਼ੇਸ਼ ਤੌਰ 'ਤੇ ਸਾਡੇ ਨੌਜਵਾਨ ਵੀਰਾਂ ਨੂੰ, ਸਾਡੀਆਂ ਧੀਆਂ ਭੈਣਾਂ ਨੂੰ, ਕਿਉਂਕਿ ਜਵਾਨੀ ਕੌਮ ਦਾ ਸ਼ਰਮਾਇਆ ਹੈ। ਬਿਲਕੁਲ, ਹੈ ਨਾ, ਸਾਡਾ ਯੂਥ ਕੌਮ ਦਾ ਸ਼ਰਮਾਇਆ। ਬਿਲਕੁਲ, ਉਹਨਾਂ ਦੇ ਲਈ ਜ਼ਿੰਦਗੀ ਦੇ ਵਿੱਚ ਕੁਛ ਕਰਨਾ ਹੈ। ਸੋ ਅੱਜ ਜਿਹੜਾ ਇੱਕ ਕ੍ਰਾਈਸਿਸ ਆਇਆ ਹੋਇਆ ਜਿਸਦੇ ਬਾਰੇ ਅਸੀਂ ਵੀ ਇੱਥੇ ਬਹੁਤ ਚਿੰਤਤ ਹਾਂ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਕਿਵੇਂ ਸਿੱਖੀ ਨਾਲ ਜੋੜਿਆ ਜਾਏ, ਕੀ ਹੈ ਤੁਹਾਡਾ ਮੈਸੇਜ, ਕੀ ਤੁਹਾਡੇ ਜੋ ਇੰਨੇ ਸਾਲਾਂ ਦਾ ਤਜਰਬਾ ਹੈ, ਜਿਹੜਾ ਤੁਸੀਂ ਰਜਾਇਨਾ ਵਿੱਚ ਵੀ ਐਕਸਪੈਰੀਮੈਂਟ ਕਰ ਰਹੇ ਹੋ ਅਤੇ ਕਾਮਯਾਬ ਹੋ ਰਹੇ ਹੋ, ਬ੍ਰੇਕ ਤੋਂ ਬਾਅਦ ਇਸ ਬਾਰੇ ਜਾਣਕਾਰੀ ਲੈਂਦੇ। ਕੇਅਰਿੰਗ, ਕੰਫਰਟੇਬਲ ਐਂਡ ਕਟਿੰਗ ਐਜ, ਪੈਸੀਫਿਕ ਓਰਲ ਹੈਲਥ ਸੈਂਟਰ, ਉਹ ਥਾਂ ਜਿੱਥੇ ਵਾਜਿਬ ਕੀਮਤਾਂ ਵਿੱਚ ਬਿਹਤਰੀਨ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ, ਰੂਟ ਕਨਾਲਸ ਐਕਸਟ੍ਰੈਕਸ਼ਨਸ ਜਾਂ ਬਿਨਾਂ ਦਰਦ ਐਸਥੈਟਿਕ ਫ੍ਰੀ ਲੇਜ਼ਰ ਡੈਂਟਿਸਟਰੀ, ਪੈਸੀਫਿਕ ਓਰਲ ਹੈਲਥ ਸੈਂਟਰ ਲੈ ਕੇ ਆਏ ਹਨ ਸਭ ਤੋਂ ਐਡਵਾਂਸ ਟੈਕਨੋਲੋਜੀ, ਬਿਨਾਂ ਕਿਸੇ ਇੰਸ਼ੋਰੈਂਸ ਜਾਂ ਇਨਕਮ ਸਟੈਟਸ ਦੇ ਵੀ ਤਸੱਲੀ ਬਖਸ਼ ਸੇਵਾਵਾਂ ਪ੍ਰਦਾਨ ਕਰਦੇ ਹਨ ਪੈਸੀਫਿਕ ਓਰਲ ਹੈਲਥ ਸੈਂਟਰ। ਕਾਲ 604-536-2700। ਸਾਡੀ ਨੌਜਵਾਨ ਪੀੜ੍ਹੀ ਹੀ ਸਾਡਾ ਸਰਮਾਇਆ ਹੈ ਅਤੇ ਇਸ ਪਾਸੇ ਧਿਆਨ ਦੇਣ ਦੀ ਬਹੁਤ ਜ਼ਿਆਦਾ ਲੋੜ ਹੈਗੀ ਹੈ। ਅੱਜ ਜਦੋਂ ਲੋਅਰ ਮੇਨਲੈਂਡ ਦੇ ਵਿੱਚ ਜਦੋਂ ਗੈਂਗ ਵਾਇਲੈਂਸ ਦੀ ਅਸੀਂ ਗੱਲ ਕਰਦੇ ਹਾਂ ਅਤੇ ਜਦੋਂ 10 ਸਾਲ ਦਾ, 18 ਸਾਲ ਦਾ, 22 ਸਾਲ ਦਾ ਬੱਚਾ ਜਦੋਂ ਮਾਰਿਆ ਜਾਂਦਾ ਹੈ ਤਾਂ ਦਿਲ ਜਿਹੜੇ ਨੇ ਉਹ ਲੁੰਦਰੇ ਜਾਂਦੇ ਨੇ ਕੀ ਹੋ ਰਿਹਾ। ਪਰ ਜੇਕਰ ਉਹਨਾਂ ਨੂੰ ਸਹੀ ਦਿਸ਼ਾ ਦੇ ਦਿੱਤੀ ਜਾਵੇ ਤਾਂ ਯਕੀਨਨ ਤੌਰ ਦੇ ਉੱਤੇ ਉਹ ਇਸ ਦਲਦਲ 'ਚੋਂ ਬਚ ਸਕਦੇ ਨੇ ਅਤੇ ਆਪਣੇ ਜੀਵਨ ਵਿੱਚ ਨਾ ਸਿਰਫ ਆਪ ਪਰਿਵਰਤਨ ਲਿਆ ਸਕਦੇ ਨੇ ਪਰ ਹੋਰ ਯੰਗਸਟਰਸ ਨੂੰ ਵੀ ਇੰਸਪਾਇਰ ਕਰ ਸਕਦੇ ਨੇ। ਔਰ ਇਸ ਬਾਰੇ ਕੁਝ ਹੋਰ ਗੱਲਬਾਤ ਕਰਦੇ ਹਾਂ ਜੀ। ਭਾਈ ਸਾਹਿਬ, ਤੁਹਾਡਾ ਕੀ ਕਹਿਣਾ, ਕੀ ਮੈਸੇਜ ਤੁਸੀਂ ਦੇਣਾ ਚਾਹੋਗੇ? ਹਾਂਜੀ, ਮੈਂ ਚਾਹੁੰਦਾ ਸੀ ਸਾਡੇ ਦਰਸ਼ਕਾਂ ਨੂੰ, ਵਿਸ਼ੇਸ਼ ਤੌਰ 'ਤੇ ਨੌਜਵਾਨ ਧੀਆਂ ਭੈਣਾਂ ਨੂੰ, ਇੱਕ ਤਾਂ ਜ਼ਿੰਦਗੀ ਦਾ ਇੱਕ ਲਕਸ਼ ਬਣਾ ਲੈਣ ਕਿ ਅਸੀਂ ਸਮਾਜ ਲਈ ਅਤੇ ਕੌਮ ਲਈ ਕੁਛ ਕਰਨਾ ਹੈ ਜੀ। ਠੀਕ ਹੈ ਜੀ, ਪਹਿਲੀ ਗੱਲ। ਦੂਸਰੀ ਗੱਲ, ਅੰਦਰ ਆਪਣੇ ਆਪ ਨਾਲ ਇੱਕ ਪ੍ਰੋਮਿਸ, ਇੱਕ ਵਿਸ਼ਵਾਸ ਪੈਦਾ ਕਰ ਲੈਣਾ ਕਿ ਅਸੀਂ ਹਾਥੀ ਦੀ ਚਾਲ ਚੱਲਣਾ ਹੈ। ਰਾਈਟ, ਠੀਕ ਹੈ। ਬਹੁਤ ਕੁਛ ਸੁਣਨਾ ਪਵੇਗਾ, ਦਵਾਨੀ ਦਾ ਬੰਦਾ ਨਹੀਂ, ਚੰਗੇ ਕੰਮ ਦੇ ਰਾਹ ਵਿੱਚ ਰੁਕਾਵਟਾਂ ਬਣਨ ਵਾਸਤੇ ਸ਼ੇਰ ਬਣ ਕੇ ਆ ਜਾਂਦਾ ਹੈ। ਠੀਕ ਠੀਕ ਹੈ, ਉਹ ਸੋਚਦਾ ਰਾਤੇ ਰਾਤ ਪਤਾ ਨਹੀਂ ਕਿ ਕੁਛ ਪੁੱਠਾ ਕਰ ਦਿਆਂਗਾ ਜੀ। ਹਾਥੀ ਦੀ ਚਾਲ ਚੱਲਣਾ, ਲੋਕ ਜੋ ਕਹਿੰਦੇ ਨੇ, ਵਿਰੋਧੀ ਜੋ ਕਹਿੰਦੇ ਨੇ ਕਹੀ ਜਾਣ, ਪਰ ਇੱਕ ਗੱਲ ਪੱਲੇ ਬੰਨ ਲਏ, ਕੂੜ ਨਖੁੱਟੈ ਨਾਨਕਾ ਬਿਲਕੁਲ ਓੜਕ ਸੱਚ ਰਹੇ। ਉਹਦੇ ਲਈ ਆਹ ਚੀਜ਼ਾਂ ਸਿਖਾਈਆਂ ਗਈਆਂ। ਇਹ ਆਤਮਿਕ ਅਡੋਲਤਾ ਕਿਵੇਂ ਆਏਗੀ? ਜਦੋਂ ਪਤਾ ਲੱਗੇਗਾ ਤੂੰ ਆਪੇ ਕਰਤਾ, ਤੇਰਾ ਕੀ ਆ ਸਭ ਹੋਏ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਤੁਸੀਂ ਕਰਤਾ ਪੁਰਖ ਹੋ, ਕ੍ਰੀਏਟਰ ਹੋ, ਤੁਹਾਡਾ ਕੀਤਾ ਹੋਇਆ ਹੀ ਸਭ ਕੁਛ ਹੁੰਦਾ ਹੈ। ਬਾਹਰੋਂ ਸਹਿਜ ਵਿੱਚ, ਅੰਦਰੋਂ ਅਡੋਲਤਾ ਵਿੱਚ, ਅਤੇ ਰੱਬ ਨੂੰ, ਗੁਰੂ ਸਾਹਿਬ ਨੂੰ ਫੁੱਲੀ ਸਰੈਂਡਰ ਹੋ ਕੇ ਮਸਤ ਚਾਲ ਚੱਲਣ ਦਾ ਮਾਰਗ ਹੈ। ਰਾਈਟ। ਦੂਸਰੀ ਮੈਂ ਬੇਨਤੀ ਕਰਨੀ ਚਾਹਾਂਗਾ ਸਾਡੇ ਨੌਜਵਾਨ ਵੀਰਾਂ ਭੈਣਾਂ ਨੂੰ, ਸਾਡੀਆਂ ਧੀਆਂ ਨੂੰ, ਜ਼ਿੰਦਗੀ ਇਸ ਤਰ੍ਹਾਂ ਦੀ ਜਿਉਂ ਕਿ ਤੁਹਾਡੀ ਹਿਸਟਰੀ ਬਣੇ, ਦੁਨੀਆ ਗੱਲਾਂ ਕਰੇ ਕਿ ਤੁਸੀਂ ਇਸ ਸ਼ਹਿਰ ਵਿੱਚ ਸੀ, ਇਸ ਸ਼ਹਿਰ ਲਈ ਕੀ ਕੀਤਾ, ਕੌਮ ਲਈ ਕੀ ਕੀਤਾ, ਆਪਣੀ ਹਿਸਟਰੀ ਬਣਾਓ। ਇੱਕ ਉਹ ਨੇ ਜਿਹਨਾਂ ਕੋਲ ਹਿਸਟਰੀ ਪੜ੍ਹਨ ਦਾ ਵੀ ਟਾਈਮ ਨਹੀਂ, ਇੱਕ ਉਹ ਨੇ ਜਿਹੜੇ ਹਿਸਟਰੀ ਰਚ ਜਾਂਦੇ ਨੇ। ਮੇਰੇ ਗੁਰੂ ਪਾਤਸ਼ਾਹ ਨੇ ਖੁਦ ਪਰਿਵਾਰ ਵਾਰ ਕੇ ਹਿਸਟਰੀ ਰਚੀ ਹੈ। ਦਸੰਬਰ ਦਾ ਮਹੀਨਾ ਗੁਰੂ ਪਾਤਸ਼ਾਹ ਨੇ ਸਾਰਾ ਪਰਿਵਾਰ ਵਾਰਿਆ। ਔਰ ਬੜੀ ਕਮਾਲ ਦੀ ਬਾਤ ਹੈ ਵੀਰ ਜੀ, ਆਹ ਜਿਹੜਾ ਅੰਗਰੇਜ਼ੀ ਸਾਲ ਹੈ ਨਾ, ਠੀਕ ਹੈ, ਇਹ ਬਣਾਇਆ ਤਾਂ ਕ੍ਰਿਸਚੀਅਨਾਂ ਨੇ ਨਾ, ਪਰ ਇਸ ਸਾਲ ਦੀ ਸ਼ੁਰੂਆਤ
ਦਸ਼ਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਤੋਂ ਹੁੰਦੀ ਹੈ। ਇਸ ਸਾਲ ਦੀ ਸਮਾਪਤੀ ਦਸ਼ਮੇਸ਼ ਪਿਤਾ ਦੇ ਪਰਿਵਾਰ ਵਾਰਨ ਤੋਂ ਹੁੰਦੀ ਹੈ। ਇਸ ਨੁਕਤੇ ਨੂੰ ਸਿੱਖ ਕੇ ਆਪਣੇ ਅੰਦਰ ਇੱਕ ਜਜ਼ਬਾ ਪੈਦਾ ਕਰੀਏ, ਉਸ ਜਜ਼ਬੇ ਵਿੱਚ ਵਾਹਿਗੁਰੂ ਦਾ ਪਿਆਰ ਵਿਸ਼ਵਾਸ ਇਤਨਾ ਭਰਿਆ ਹੋਵੇ, ਉਹਦੇ ਲਈ ਨਿੱਤ ਪੜ੍ਹਨਾ, ਨਿੱਤ ਮਹਿਸੂਸ ਕਰਨਾ, ਜ਼ਿੰਦਗੀ ਜਿਉਣਾ, ਤੂੰ ਆਪੇ ਕਰਤਾ, ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਈ, ਵਿਰੋਧ ਤੋਂ ਕਦੀ ਡਰਨਾ ਨਹੀਂ। ਕੀ ਕਰ ਦੇਣਗੇ ਉਹ? ਰਾਈਟ, ਤੁਧ ਬਿਨ ਦੂਜਾ ਅਵਰ ਨਾ ਕੋਈ, ਵਾਹਿਗੁਰੂ ਤੋਂ ਬਿਨਾਂ ਦੂਜਾ ਕੋਈ ਵੀ ਨਹੀਂ ਹੈ ਜਿਹੜਾ ਸ਼ਕਤੀਸ਼ਾਲੀ ਹੈ ਇਸ ਦੁਨੀਆ 'ਤੇ। ਆਪਣੇ ਵਾਹਿਗੁਰੂ ਸੱਚੇ ਪਾਤਸ਼ਾਹ ਨਾਲ ਪਿਆਰ ਅਤੇ ਉਸ ਨੂੰ ਸਮਰਪਿਤ। ਆਖਰੀ ਪੰਕਤੀਆਂ, ਤੂੰ ਕਰ ਕਰ ਵੇਖਾਂ ਹੈ ਜਾਣਾ ਹੈ ਸੋਏ, ਹੇ ਵਾਹਿਗੁਰੂ ਜੀ ਤੁਸੀਂ ਇਸ ਸ੍ਰਿਸ਼ਟੀ ਨੂੰ ਪੈਦਾ ਕਰਦੇ ਹੋ, ਸੰਭਾਲ ਕਰਦੇ ਹੋ। ਇੱਕ ਤਾਂ ਸਰੀਰ ਦੀ ਸੰਭਾਲ ਹੈ, ਸਾਰਿਆਂ ਦੀ ਇੱਕੋ ਜਿਹੀ ਕਰਦੇ ਨੇ, ਉਹ ਪਸ਼ੂਆਂ ਨੂੰ ਵੀ ਦਿੰਦੇ ਨੇ, ਪੰਛੀਆਂ ਜਾਨਵਰਾਂ ਕੀੜੇ ਮਕੌੜਿਆਂ ਨੂੰ ਵੀ ਦਿੰਦੇ ਨੇ, ਮਨੁੱਖ ਨੂੰ ਵੀ ਦਿੰਦੇ ਨੇ। ਜਿਹੜੀ ਸਰੀਰ ਦੀ ਸੰਭਾਲ ਹੈ ਉਹ ਤਾਂ ਇੱਕ ਚੰਗੇ ਨੂੰ ਵੀ, ਚੰਗੇ ਦੀ ਵੀ ਕਰਦੇ ਨੇ ਅਤੇ ਬੁਰੇ ਦੀ ਵੀ ਕਰਦੇ ਨੇ। ਅਤੇ ਜਿਹੜੀ ਅੰਦਰਲੀ ਸੰਭਾਲ ਹੈ, ਜੀਵਨ ਦੀ ਸੰਭਾਲ ਹੈ, ਉਹ ਗੁਰਮੁਖਤਾਈ ਵਾਲਾ ਜੀਵਨ, ਗੁਰਮੁਖ ਸੁਭਾਅ ਤਾਂ ਕੇਵਲ ਉਹਨਾਂ ਨੂੰ ਹੀ ਦਿੰਦੇ ਨੇ ਜਿਹੜੇ ਉਹਦੇ ਆਪਣੇ ਹੋ ਜਾਂਦੇ ਨੇ। ਠੀਕ, ਫਿਰ ਉਹਨਾਂ ਦੇ ਜੀਵਨ ਦੀਆਂ ਗਲਤੀਆਂ ਭੁੱਲਾਂ ਨੂੰ ਨਹੀਂ ਦੇਖਦੇ। ਕਿੰਨਾ ਪਿਆਰਾ ਹੁਕਮਨਾਮਾ ਹੈ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਸੰਭਾਲ, ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ। ਵਾਹਿਗੁਰੂ ਸੱਚੇ ਪਾਤਸ਼ਾਹ ਐਸੇ ਨੇ ਜਿਹੜੇ ਦੇਖਦੇ ਨੇ, ਸੰਭਾਲ ਕਰਦੇ ਨੇ। ਆਤਮਿਕ ਅਡੋਲਤਾ ਵਿੱਚ, ਸਹਿਜ ਵਿੱਚ ਤੁਰ ਕੇ ਦੇਖੋ, ਉਹਨਾਂ ਨੇ ਤੁਹਾਨੂੰ ਹਰ ਤਰ੍ਹਾਂ ਦੀ ਸਮਰੱਥਾ ਮੌਕੇ ਮੌਕੇ 'ਤੇ ਹਰ ਤਰ੍ਹਾਂ ਦਾ ਸਹਿਯੋਗ ਦੇਈ ਜਾਣਾ। ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਜਿਹੜੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਹੋ ਜਾਂਦੇ ਨੇ ਉਹਨਾਂ ਦੇ ਅੰਦਰ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਗੁਰਮੁਖ ਪ੍ਰਗਟ ਹੋਏ, ਪ੍ਰਗਟ ਹੋ ਜਾਣ ਦੇ ਅਰਥ ਕੀ ਹੈ? ਕੋਈ ਐਸੀ ਜਗ੍ਹਾ ਹੈ ਜਿੱਥੇ ਰੱਬ ਨਹੀਂ ਹੈ? ਕੋਈ ਐਸਾ ਸਰੀਰ ਹੈ ਜਿਸ ਵਿੱਚ ਜੋਤ ਨਹੀਂ ਹੈ? ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦਾ ਚਰਨ ਸਭ ਮੈਂ ਚਰਨ ਹੋਏ। ਪ੍ਰਗਟ ਹੋ ਜਾਣ ਦੇ ਅਰਥ ਹੈ ਮਹਿਸੂਸ ਹੋ ਜਾਣਾ, ਅਹਿਸਾਸ ਹੋ ਜਾਣਾ, ਅੰਦਰ ਇੱਕ ਵਿਸ਼ਵਾਸ ਵੱਧ ਜਾਣਾ। ਹੈ ਤਾਂ ਹਰ ਥਾਂ 'ਤੇ ਵਾਹਿਗੁਰੂ ਜੀ, ਬਿਲਕੁਲ ਜਿੱਥੇ ਜਾਵਾਂਗੇ ਨਾਲ ਨਾਲ ਜਾਂਦੇ ਨੇ, ਪਰ ਇੱਕ ਨੂੰ ਵਿਸ਼ਵਾਸ ਹੈ ਕਿ ਰੱਬ ਮੇਰੇ ਨਾਲ ਹੈ, ਉਹ ਫਿਰ ਡੋਲਦਾ ਨਹੀਂ ਹੈ। ਕੋਈ ਜੁੜ ਗਿਆ ਤਾਂ ਵੀ ਕੋਈ ਨਹੀਂ, ਜੇ ਟੁੱਟ ਗਿਆ ਤਾਂ ਵੀ ਕੋਈ ਨਹੀਂ, ਰਾਈਟ, ਫਿਰ ਉਹ ਆਪਣੀ ਮਸਤ ਚਾਲ ਚੱਲਦੇ ਨੇ। ਆਹ ਨਿੱਤ ਸਬਜੈਕਟ ਪੜ੍ਹਾਇਆ ਗਿਆ, ਇਹਨੂੰ ਮਹਿਸੂਸ ਕਰਨਾ ਸੀ, ਇਹਨੂੰ ਸਮਝਣਾ ਸੀ, ਇਹਨੂੰ ਜ਼ਿੰਦਗੀ 'ਚ ਜਿਉਣਾ ਸੀ, ਪਰ ਅਸੀਂ ਕਿੱਥੇ ਖੜ ਗਏ? ਰਾਈਟ, 15-20 ਮਿੰਟਾਂ ਵਿੱਚ ਅਸੀਂ ਸੰਪੂਰਨ ਕਰ ਦੇਣਾ, ਉਲਟਾ ਇੱਕ ਅਹੰਕਾਰ ਚੁੱਕ ਲੈਣਾ, ਉਹ ਤਾਂ ਨਿਤਨੇਮੀ ਨਹੀਂ ਹੈ, ਉਹ ਤਾਂ ਕਰਦਾ ਹੀ ਨਹੀਂ ਹੈ। ਕਈ ਵਾਰੀ ਤਾਂ ਅਸੀਂ ਧਰਮ ਦੇ ਮਾਰਗ ਦਾ ਅਹੰਕਾਰ ਕਰਕੇ ਵੀ ਬੰਦੇ ਨੂੰ ਬੰਦਾ ਨਹੀਂ ਸਮਝਦੇ, ਹੈ ਨਾ ਜੀ, ਉਸ ਦਾ ਇੱਕ ਨੁਕਸਾਨ ਹੋ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਹੁਣ ਇਹ ਅੰਦਰੂਨੀ ਜੰਗ ਸ਼ੁਰੂ ਕਰਾ ਕੇ ਨਾ ਅੰਦਰਲਾ ਇੱਕ ਚੈਲੰਜ ਪੇਸ਼ ਕਰਨ ਲੱਗੇ ਨੇ ਅਗਲੇ ਸ਼ਬਦ ਦੇ ਵਿੱਚ। ਉਹ ਸ਼ਬਦ ਗੁਰੂ ਨਾਨਕ ਦੇਵ ਸਾਹਿਬ ਜੀ ਦਾ, ਆਸਾ ਮਹੱਲਾ ਪਹਿਲਾ, ਆਸਾ ਰਾਗ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸ਼ਬਦ ਹੈ। ਸਤਿਗੁਰੂ ਜੀ ਕਹਿੰਦੇ ਸਾਡੀਆਂ ਅੱਖਾਂ ਦੇ ਸਾਹਮਣੇ ਇੱਕ ਚੀਜ਼ ਵਾਪਰ ਰਹੀ ਹੈ, ਤਿੱਤ ਸਰਵਰੜਾ ਪਹਿਲੇ ਨਿਵਾਸਾ, ਬਹੁਤ ਵੱਡਾ ਸਰੋਵਰ, ਉਹ ਕੀ ਹੈ? ਸੁਭਾਅ, ਸੁਭਾਅ ਦੇ ਵਿੱਚ ਲਹਿਰਾਂ ਨੇ, ਸਾਡਾ ਸੁਭਾਅ ਨਾ ਬਹੁਤ ਵੱਡਾ ਇੱਕ ਸਰੋਵਰ ਹੈ, ਇਹਦੇ ਵਿੱਚ ਭਾਵਨਾਵਾਂ ਦੀਆਂ ਲਹਿਰਾਂ ਨੇ, ਇਹਦੇ 'ਚ ਇੱਛਾਵਾਂ ਦੀਆਂ ਲਹਿਰਾਂ ਨੇ, ਇਹਦੇ 'ਚ ਵਿਚਾਰਾਂ ਦੀਆਂ ਲਹਿਰਾਂ ਨੇ, ਉਹ ਜਿਹੜੀਆਂ ਲਹਿਰਾਂ ਨੇ ਉਹਦੇ 'ਚ ਪਾਣੀ ਨਹੀਂ ਹੈ। ਤਿੱਤ ਸਰਵਰੜਾ ਹੈ ਭਈਲੇ ਨਿਵਾਸਾ, ਪਾਣੀ ਪਾਵਕ ਤਿੰਨ ਕੀ ਆ, ਉਹਦੇ 'ਚ ਵਿਕਾਰਾਂ ਦੀ ਅੱਗ ਹੈ। ਇਸ ਸੁਭਾਅ ਦੇ ਵਿੱਚ ਵਿਕਾਰਾਂ ਦੀਆਂ ਲਹਿਰਾਂ ਦੀ ਅੱਗ ਹੈ। ਪੰਕਜ ਮੋਹ ਪਗ ਨਹੀਂ ਚੱਲ ਹੈ, ਅਤੇ ਚਿੱਕੜ ਕੀ ਹੈ? ਆਪਣੇ ਸੁਭਾਅ ਦੇ ਨਾਲ ਮੋਹ ਪੈ ਗਿਆ, ਆਪਣਾ ਸੁਭਾਅ ਚੰਗਾ ਲੱਗਣ ਲੱਗ ਪਿਆ, ਰਾਈਟ, ਔਰ ਬੰਦੇ ਨੂੰ ਕੰਪਲੀਟ ਲੱਗਦਾ ਕਿ ਮੇਰਾ ਸੁਭਾਅ ਕੰਪਲੀਟ ਹੈ। ਇਸ ਵਿੱਚ ਉਹ ਅੰਦਰਲੀ ਜੰਗ ਵਿੱਚੋਂ ਹਾਰ ਰਿਹਾ। ਲੈਂਦੇ ਜੀ ਬ੍ਰੇਕ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਭਾਈ ਸਾਹਿਬ ਅੱਗੇ ਗੁਰੂ ਸਾਹਿਬ ਕੀ ਕਹਿ ਰਹੇ ਨੇ ਇਸ ਬਾਰੇ ਜਾਣਕਾਰੀ ਲੈਂਦੇ ਹਾਂ ਇਸ ਬ੍ਰੇਕ ਤੋਂ ਬਾਅਦ। ਅੱਜ ਕੱਲ੍ਹ ਦੀ ਮਾਰਕੀਟ ਵਿੱਚ ਆਪਣੇ ਘਰ ਨੂੰ ਛੇਤੀ ਵੇਚਣ ਦੀ ਸੋਚ ਰਹੇ ਹੋ ਤਾਂ ਫਿਰ ਸਟੇਜਿੰਗ ਜ਼ਰੂਰ ਕਰਾ ਲਓ। ਖਾਲੀ ਘਰ ਅਨਇਨਵਾਈਟਿੰਗ ਅਤੇ ਕੋਲਡ ਲੱਗਦਾ ਹੈ, ਜਦਕਿ ਸਟੇਜ ਕੀਤਾ ਹੋਇਆ ਘਰ ਵਾਰਮਥ, ਕਲਰ ਅਤੇ ਖਾਲੀ ਜਗ੍ਹਾ ਨੂੰ ਵਧੀਆ ਬਣਾ ਦਿੰਦਾ ਹੈ। ਆਪਣੇ ਘਰ ਨੂੰ ਸੇਲ 'ਤੇ ਲਾਉਣ ਤੋਂ ਪਹਿਲਾਂ ਇੱਕ ਵਾਰ ਐਨ ਐਲੀਗੈਂਟ ਟੱਚ ਹੋਮ ਸਟੇਜਿੰਗ ਅਤੇ ਡਿਜ਼ਾਈਨ ਦੀ ਰੀਟਾ ਚੌਹਾਨ ਨਾਲ ਗੱਲ ਜ਼ਰੂਰ ਕਰ ਲਓ, ਤਾਂ ਕਿ ਉਹ ਆਪਣੇ ਸਕਿੱਲਸ ਅਤੇ ਐਕਸਪੀਰੀਅੰਸ ਨਾਲ ਤੁਹਾਡੇ ਘਰ ਨੂੰ ਟੌਪ ਡੋਲਰਸ ਵਿੱਚ ਵੇਚਣ ਵਿੱਚ ਤੁਹਾਡੀ ਮਦਦ ਕਰ ਸਕਣ। ਕਾਲ 6046576612 ਜਾਂ ਫਿਰ ਉਹਨਾਂ ਦੀ ਵੈਬਸਾਈਟ ਐਨ ਐਲੀਗੈਂਟ ਟੱਚ.ca 'ਤੇ ਜਾਓ।
ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਆਪ ਸਭ ਨੂੰ ਜੈ ਨੂੰ ਆਖਦੇ ਹਾਂ ਜੀ। ਭਾਈ ਰਾਮ ਸਿੰਘ ਜੀ ਨਾਲ ਗੁਰਗਿਆਨ ਸਮੁੰਦਰ ਸੀਰੀਜ਼ ਦੇ ਵਿੱਚ ਅਸੀਂ ਸਾਂਝ ਪਾ ਰਹੇ ਹਾਂ ਅਤੇ ਗੁਰਬਾਣੀ ਦਾ ਇੱਕ ਨਵੇਕਲੀ ਐਕਸਪਲੇਨੇਸ਼ਨ ਸਾਡੀ ਰੋਜ਼ਮਰਾ ਜ਼ਿੰਦਗੀ ਨਾਲ ਰਿਲੇਟ ਕਰਕੇ ਜੋ ਭਾਈ ਸਾਹਿਬ ਪੇਸ਼ ਕਰ ਰਹੇ ਨੇ ਉਸ ਦੇ ਵਿੱਚ ਮਕਸਦ ਇਹੀ ਹੈਗਾ ਕਿ ਸਾਨੂੰ ਜੀਵਨ ਜਾਂਚ ਪਤਾ ਚੱਲ ਸਕੇ ਕਿ ਗੁਰਬਾਣੀ ਕੀ ਕਹਿੰਦੀ ਹੈ। ਬਹੁਤ ਪਾਠ ਕੀਤਾ, ਬਹੁਤ ਅਸੀਂ ਵਿਆਖਿਆਵਾਂ ਪੜ੍ਹੀਆਂ ਨੇ, ਲੇਕਿਨ ਕਈ ਵਾਰ ਇਹ ਪ੍ਰੋਬਲਮ ਆ ਜਾਂਦੀ ਹੈ ਕਿ ਅਸੀਂ ਅੜ ਜਾਂਦੇ ਹਾਂ ਕਿਉਂਕਿ ਅਸੀਂ ਉਸ ਚੀਜ਼ ਨੂੰ ਸਿਰਫ ਰੋਜ਼ਮਰਾ ਜ਼ਿੰਦਗੀ ਨਾਲ ਰਿਲੇਟ ਦੀ ਬਜਾਏ ਕਿਤੇ ਹੋਰ ਹੀ ਜਾ ਕੇ ਰਿਲੇਟ ਕਰ ਦਿੰਦੇ ਹਾਂ। ਭਗਤੀ ਵਿੱਚ ਸ਼ਕਤੀ ਅਤੇ ਉਸ ਤੋਂ ਇਲਾਵਾ ਹੋਰ ਬਹੁਤ ਐਸੀਆਂ ਚੀਜ਼ਾਂ ਅਸੀਂ ਕਰਦੇ ਹਾਂ ਜਿਹਦੇ ਨਾਲ ਕਿ ਸਮਝ ਨਹੀਂ ਆਉਂਦੀ ਕਿ ਗੁਰਬਾਣੀ ਕਹਿ ਕੀ ਰਹੀ ਹੈ। ਪਹਿਲੀ ਗੱਲ ਤਾਂ ਗੁਰਬਾਣੀ ਕਿਤੇ ਵੀ ਸਵੈ ਵਿਰੋਧੀ ਨਹੀਂ ਹੈ, ਗੁਰਬਾਣੀ ਇੱਕ ਜੀਵਨ ਜਾਂਚ ਹੈ ਅਤੇ ਜਦੋਂ ਵੀ ਕੋਈ ਸਮੱਸਿਆ ਆਏ, ਚੈਲੰਜ ਆਏ ਤਾਂ ਸਾਡੇ ਕੋਲ ਇੱਕੋ ਹੀ ਸਹਾਰਾ ਹੈ ਕਿ ਅਸੀਂ ਗੁਰੂ ਦਾ ਉਸ ਆਸਰਾ ਲਈਏ, ਗੁਰੂ ਦੀ ਓਟ ਲਈਏ ਅਤੇ ਸਮਝਣ ਦਾ ਯਤਨ ਕਰੀਏ। ਇਹ ਉਪਰਾਲੇ ਦੇ ਵਿੱਚ ਆਓ, ਮੁੜ ਤੋਂ ਜੁੜਦੇ ਹਾਂ ਅਤੇ ਹੋਰ ਗੱਲਬਾਤ ਕਰਦੇ ਹਾਂ ਭਾਈ ਰਾਮ ਸਿੰਘ ਜੀ ਨਾਲ। ਜੀ ਭਾਈ ਸਾਹਿਬ ਜੀ, ਸੋ ਬ੍ਰੇਕ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਇਹ ਕੋਨਸੈਪਟ ਨੂੰ ਸਾਨੂੰ ਸਮਝਣਾ ਪਏਗਾ, ਇੱਥੇ ਤੁਰਨਾ ਪਏਗਾ, ਐਂਡ ਅਗੇਨ ਪਰਿਸਥਿਤੀਆਂ ਆਉਣਗੀਆਂ ਇਹੋ ਜਿਹੀਆਂ ਜਦੋਂ ਕਿ ਪ੍ਰੋਬਲਮ ਚੈਲੰਜ ਵੀ ਹੋਏਗੀ, ਲੇਕਿਨ ਉਹ ਸਮਾਂ ਹੈ ਜਦੋਂ ਕਿ ਅਸੀਂ ਦ੍ਰਿੜ ਵਿਸ਼ਵਾਸ ਜਿਹੜਾ ਸਾਡਾ ਗੁਰਬਾਣੀ 'ਚ ਸਾਨੂੰ ਕਿੰਨਾ ਕੰਟਰੋਲ ਕਰਦਾ ਹੈ, ਕਿੰਨਾ ਕੁ ਅਸੀਂ ਅਡੋਲ ਰਹਿੰਦੇ ਹਾਂ, ਇਹ ਉਸ ਸਮੇਂ ਡਿਪੈਂਡ ਕਰਦਾ ਹੈ। ਕਿਉਂਕਿ ਗੱਲਾਂ ਤਾਂ ਬਹੁਤ ਈਜ਼ੀ ਨੇ ਕਰਨੀਆਂ, ਲੇਕਿਨ ਗੁਰੂ ਸਾਹਿਬ ਇਹ ਕਹਿੰਦੇ ਨੇ ਕਥਨੀ ਅਤੇ ਕਰਨੀ ਜਿਹੜਾ ਅੰਤਰ ਹੈ ਉਹ ਅਸੀਂ ਮਿਟਾਉਣਾ ਹੈ। ਮਨ ਬਚ ਕਰਮ ਪ੍ਰਭ ਏਕ ਤੇ ਆਏ, ਮਨ ਨਾਲ, ਬਚਨ ਨਾਲ ਅਤੇ ਕਰਮ ਨਾਲ ਜਦੋਂ ਇਹ ਅਲਾਈਨਮੈਂਟ ਹੋਏਗੀ ਤਾਂ ਉਹ ਮਤਲਬ ਹੋਏਗਾ ਕਿ ਗੁਰਬਾਣੀ ਦੀ ਚਾਲ ਅਸੀਂ ਤੁਰ ਰਹੇ ਹਾਂ। ਰਾਈਟ, ਹਾਂਜੀ, ਥੈਂਕ ਯੂ ਵੀਰ ਜੀ ਤੁਹਾਡਾ ਅਤੇ ਥੈਂਕ ਯੂ ਦਰਸ਼ਕਾਂ ਦਾ। ਆਪਾਂ ਵਿਚਾਰ ਰਹੇ ਸੀ ਕਿ ਸੁਭਾਅ ਇੱਕ ਬਹੁਤ ਵੱਡਾ ਸਰੋਵਰ ਹੈ, ਅੰਦਰ ਭਾਵਨਾਵਾਂ ਦੀਆਂ, ਵਿਚਾਰਾਂ, ਇੱਛਾਵਾਂ ਦੀਆਂ ਲਹਿਰਾਂ ਚੱਲਦੀਆਂ ਨੇ ਜੀ। ਇਹਨਾਂ ਲਹਿਰਾਂ 'ਚ ਪਾਣੀ ਨਹੀਂ ਹੈ, ਵਿਕਾਰਾਂ ਦੀ ਅੱਗ ਹੈ, ਠੀਕ ਹੈ। ਅਤੇ ਉਹਦੇ 'ਚ ਇੱਕ ਚਿੱਕੜ ਪੈਦਾ ਹੋ ਗਿਆ, ਉਹ ਚਿੱਕੜ ਕੀ ਪੈਦਾ ਹੋ ਗਿਆ, ਬੰਦੇ ਨੂੰ ਆਪਣਾ ਸੁਭਾਅ ਕੰਪਲੀਟ ਲੱਗ ਰਿਹਾ। ਰਾਈਟ, ਆਪਾਂ ਦੇਖ ਰਹੇ ਹਾਂ ਹਰ ਬੰਦਾ ਦੂਸਰੇ ਨੂੰ ਕਿਵੇਂ ਪਰਖਦਾ ਆਪਣੇ ਸੁਭਾਅ ਵਿੱਚੋਂ। ਕੌਣ ਬੇਗਾਨਾ ਲੱਗਦਾ ਜਿਹੜਾ ਆਪਣੇ ਸੁਭਾਅ ਦੇ ਫਿੱਟ ਨਹੀਂ ਆਇਆ? ਰਾਈਟ, ਡਜ਼ਨਟ ਮੈਟਰ ਚਾਹੇ ਮਾਂ ਹੈ, ਪਿਓ ਹੈ, ਭੈਣ ਭਰਾ, ਉਹਨੂੰ ਚੰਗਾ ਨਹੀਂ ਲੱਗੇਗਾ, ਠੀਕ ਹੈ। ਹੁਣ ਇੱਥੇ ਇੱਕ ਬਹੁਤ ਵੱਡਾ ਚੈਲੰਜ ਆ ਹਰ ਮਨੁੱਖ ਦੇ ਸਾਹਮਣੇ, ਉਹ ਗੁਰੂ ਕੀਆਂ ਵਿਚਾਰਾਂ ਨੂੰ ਵੀ ਆਪਣੇ ਸੁਭਾਅ 'ਚੋਂ ਹੀ ਸੁਣਨੀਆਂ ਚਾਹੁੰਦਾ। ਇੱਥੇ ਕਰਮ ਕਾਂਡ ਦਾ ਕੜ ਅੜ ਜਾਂਦਾ, ਉਹ ਟੁੱਟਦਾ ਨਹੀਂ ਹੈ, ਉਹ ਜਾਲ 'ਚ ਫਸਿਆ ਹੋਇਆ। ਹੁਣ ਉਹ ਕਰਮ ਕਾਂਡ ਤਾਂ ਕਰੀ ਜਾਂਦਾ, ਉਹਨੂੰ ਕਿਸੇ ਨੇ ਸੌਖਾ ਜਿਹਾ ਸਮਝਾ ਦਿੱਤਾ, ਆਹ ਤੂੰ ਪਾਠ ਕਰ ਲਈ, ਇਸ ਪਾਠ ਵੇਲੇ ਮੈਂ ਪਾਠ ਕਰਾਂਗਾ, ਤੂੰ ਇੱਦਾਂ ਕਰੀ, ਉਹਦੇ ਨਾਰੀਅਲ ਭੰਨ ਦਿਆਂਗੇ, ਉੱਥੇ ਆਹ ਕਰ ਦਿਆਂਗੇ, ਤੇਰਾ ਆਹ ਹੋ ਜਾਏਗਾ, ਉਹਨੂੰ ਸਮਝਾਤਾ, ਉਹ ਇਸੇ ਨੂੰ ਕੰਪਲੀਟ ਮੰਨੀ ਬੈਠਾ। ਜਦੋਂ ਉਹਨੂੰ ਕਿਸੇ ਨੇ ਦੱਸਿਆ ਵੀ ਪਿਆਰਿਆ ਤੈਨੂੰ ਗਲਤ ਗਾਈਡ ਕਰਤਾ, ਮਿਸਗਾਈਡ ਕਰਤਾ, ਤੈਨੂੰ ਉਹਦੇ ਅਰਥ ਨਹੀਂ ਦੱਸੇ ਗਏ, ਤੈਨੂੰ ਉਹ ਕੀਤਾ, ਤਾਂ ਉਹ ਸੁਣਨ ਨੂੰ ਤਿਆਰ ਨਹੀਂ, ਤੁਹਾਡੇ ਨਾਲ ਟੁੱਟ ਜਾਏਗਾ, ਤੁਹਾਨੂੰ ਟੁੱਟ ਹੀ ਜਾਏਗਾ। ਜੇ ਕਿਸੇ ਨੂੰ ਕਿਹਾ ਵੀ ਪਿਆਰਿਆ ਜੋ ਸੰਗਤ ਵਿੱਚ ਜਾਈਏ, ਉੱਥੇ ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ, ਉਹ ਸੁਣੀ ਦੀ ਹੁੰਦੀ ਹੈ, ਤੂੰ ਤਾਂ ਸੰਗਤ 'ਚ ਬੈਠ ਕੇ ਪਾਠ ਕਰੀ ਜਾ ਰਿਹਾ, ਇਹਦਾ ਮਤਲਬ ਤੂੰ ਕੀਰਤਨ ਨਹੀਂ ਸੁਣ ਰਿਹਾ, ਕਥਾ ਨਹੀਂ ਸੁਣ ਰਿਹਾ, ਅਤੇ ਗੁਰੂ ਸਾਹਿਬ ਨਾਲ ਵਿਚਾਰ ਨਹੀਂ ਰਿਹਾ, ਤਾਂ ਇਸੇ ਗਲਤੀ ਟੁੱਟ ਜਾਂਦਾ। ਕਿਉਂ ਟੁੱਟ ਜਾਂਦਾ? ਕਿਉਂਕਿ ਉਹ ਆਪਣੇ ਸੁਭਾਅ ਨਾਲ ਮੋਹ ਪਾਈ ਬੈਠਾ ਹੈ, ਹੈ ਨਾ। ਅਤੇ ਉਹ ਜਿਹੜਾ ਸੁਭਾਅ ਨਾਲ ਮੋਹ ਪਾ ਲੈਣਾ, ਇਹ ਇੱਕ ਚਿੱਕੜ ਹੈ, ਪੰਕਜ ਮੋਹ ਪੱਗ ਨਹੀਂ ਚੱਲਦਾ, ਉਹ ਅੱਗੇ ਬਦਲਦਾ ਹੀ ਨਹੀਂ ਹੈ, ਅੱਗੇ ਨਹੀਂ ਚੱਲਦਾ। ਹਮ ਦੇਖਾ ਤਾਂ ਡੁੱਬੀਆਂ ਨੇ, ਇੱਥੇ ਹਮ ਦੇਖਾ ਦੇ ਅਰਥ ਹੈ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਇਹ ਸਾਰਾ ਕੁਛ ਲੋਕ ਡੁੱਬਦੇ ਦੇਖੇ। ਰਾਈਟ, ਹੁਣ ਇੱਥੇ ਇੱਕ ਕੋਨਸੈਪਟ ਛੁਪਿਆ ਹੋਇਆ, ਸਾਡੀਆਂ ਅੱਖਾਂ ਦੇ ਸਾਹਮਣੇ ਬਹੁਤ ਲੋਕ ਮਾਰ ਖਾ ਗਏ ਆਪਣੇ ਬੱਚਿਆਂ ਨੂੰ ਗਾਈਡ ਕਰਨ ਵਿੱਚ, ਬਹੁਤ ਲੋਕ ਮਾਰ ਖਾ ਗਏ ਕਿ ਪੈਸਾ ਤਾਂ ਕਮਾ ਗਏ, ਘਰ 'ਚ ਸ਼ਾਂਤੀ ਨਾ ਬਣਾ ਸਕੇ, ਹਮ ਦੇਖਾ ਤਾਂ ਡੁੱਬੀਆਂ ਨੇ, ਸਿੱਖ ਲਿਆ, ਪਰ ਮੈਂ ਨਾ ਡੁੱਬਾਂ, ਉਹਦੇ ਲਈ ਕੁਛ ਕਰਨਾ ਪਵੇਗਾ, ਜਿਹੜੀਆਂ ਗਲਤੀਆਂ ਦੂਸਰਾ ਕਰ ਗਿਆ ਉਹਦੇ ਤੋਂ ਬਚਿਆ ਕਿਵੇਂ ਜਾਵੇ, ਠੀਕ ਹੈ। ਉਹਦੇ ਲਈ ਇਸ ਮਨ ਨੂੰ ਸਮਝਾਉਣਾ ਪਵੇਗਾ, ਮਨ ਏਕ ਨਾ ਚੇਤਸ ਮੂੜ ਮਨਾ, ਇਹ ਮਨਾ ਤੂੰ ਮੂਰਖ ਹੈ, ਤੂੰ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਯਾਦ ਨਹੀਂ ਰੱਖਦਾ, ਚੇਤਾ ਯਾਦ ਨਹੀਂ ਰੱਖਦਾ। ਦੇਖੋ ਆਹ ਵੀ ਇੱਕ ਬੜਾ ਪਿਆਰਾ ਕੰਸੈਪਟ ਹੈ, ਅਸੀਂ ਆਪਣੀ ਚੇਤਾ ਸ਼ਕਤੀ ਨੂੰ ਦੇਖੀਏ, ਇਹਦੇ 'ਚ ਜਿੰਨੀਆਂ ਯਾਦਾਂ ਚੱਲਦੀਆਂ ਨੇ ਉਹ ਰੱਬ ਦੀਆਂ ਦਿੱਤੀਆਂ ਦਾਤਾਂ ਦੀਆਂ ਚੱਲਦੀਆਂ, ਘਰ ਚੇਤੇ ਆ ਗਿਆ, ਬੱਚੇ ਚੇਤੇ ਆ ਗਏ, ਪਰਿਵਾਰ ਚੇਤੇ ਆ ਗਿਆ, ਕਾਰੋਬਾਰ ਚੇਤੇ ਆ ਗਿਆ, ਠੀਕ ਹੈ। ਤਾਂ ਜਿਸ ਵਾਹਿਗੁਰੂ ਜੀ ਨੇ ਸਭ ਕੁਛ ਦਿੱਤਾ, ਵਾਹਿਗੁਰੂ ਚੇਤੇ ਨਹੀਂ ਆਉਂਦੇ, ਮਨਾ ਤੂੰ ਮੂਰਖ ਹੈ। ਤਾਂ ਹੁਣ ਇਹਦੇ ਲਈ ਜਦੋਂ ਇਹ ਗੱਲ ਸੁਣ ਲਈ ਮੂਰਖ ਕਹਿਤਾ, ਤਾਂ ਹੁਣ ਅਭਿਆਸ ਕਰਨਾ ਪਵੇਗਾ, ਠੀਕ ਹੈ, ਪ੍ਰੈਕਟਿਸ ਕਰਨੀ ਪਵੇਗੀ, ਆਪਣੇ ਆਪ ਨਾਲ ਇੱਕ ਪ੍ਰੋਮਿਸ ਕਰਨਾ ਪਵੇਗਾ। ਇੱਕ ਸੱਦਾ ਬੀਬੀ ਮੈਂ ਪਿੱਛੇ ਜਿਹਾ ਰਜਾਇਨਾ 'ਚ ਆਮ ਦਿੱਤਾ, ਐਤਵਾਰ ਦੇ ਦੀਵਾਨਾਂ ਵਿੱਚ ਵੀ ਦਿੱਤਾ, ਅਤੇ ਇੱਥੇ ਵੀ ਮੈਂ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ, ਜਿਹੜੀ ਸਾਡੀ ਦਸਤਾਰ ਹੈ
ਇਹ ਗੁਰੂ ਕਲਗੀਧਰ ਸਾਹਿਬ ਜੀ ਦਾ ਤਾਜ ਹੈ, ਗੁਰੂ ਦਾ ਦਿੱਤਾ ਹੋਇਆ ਤਾਜ ਹੈ। ਪਰ ਇਹ ਪਾਪੀ ਮਨ ਹੈ ਸਾਹਿਬ ਜੀ, ਇਹ ਸਵੇਰੇ ਉੱਠਦਿਆਂ ਕਹਿੰਦਾ ਆਹ ਮੇਰੀ ਦਸਤਾਰ, ਆਹ ਮੇਰੇ ਬੇਟੇ ਦੀ ਦਸਤਾਰ, ਇਹਨੂੰ ਗੁਰੂ ਕਾ ਤਾਜ ਨਹੀਂ ਸਮਝ ਰਿਹਾ। ਜਦੋਂ ਇਹਨੇ ਗੁਰੂ ਕਾ ਤਾਜ ਸਮਝਿਆ ਤਾਂ ਉਹਨੂੰ ਚੁੱਕ ਕੇ ਪਹਿਲਾਂ ਮੱਥੇ ਨਾਲ ਲਾਏਗਾ, ਤਾਂ ਇੱਕ ਫਖਰ ਵਿੱਚ ਕਲਗੀਧਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ, ਗੁਰੂ ਪਿਤਾ ਦੀ ਯਾਦ ਵਿੱਚ ਦਸਤਾਰ ਸਜਾਏਗਾ ਕਿ ਮੇਰੇ 'ਤੇ ਇਹ ਗੁਰੂ ਕਾ ਤਾਜ ਹੈ, ਤਾਂ ਇੱਕ ਰਿਸਪੋਂਸੀਬਿਲਿਟੀ ਵੀ ਜਾਗੇਗੀ। ਜੇ ਗੁਰੂ ਪਾਤਸ਼ਾਹ ਦਾ ਤਾਜ ਮੇਰੇ ਸੀਸ 'ਤੇ ਹੈ, ਅੱਜ ਵੀਰ ਜੀ ਜਦੋਂ ਆਪਾਂ ਏਅਰਪੋਰਟ 'ਤੇ ਜਾਂਦੇ ਹੋ ਕਹਿੰਦੇ ਮਿਸਟਰ ਸਿੰਘ, ਉਹ ਸਾਨੂੰ ਜਾਣਦੇ ਨਹੀਂ ਇਸ ਤਾਜ ਦੀ ਬਦੌਲਤ ਕੀ ਹੈ। ਬਿਲਕੁਲ ਜੀ, ਆਫ ਕੋਰਸ, ਤਾਂ ਇੱਕ ਰਿਸਪੋਂਸੀਬਿਲਿਟੀ ਜਾਗਦੀ ਹੈ। ਤਾਂ ਜੇ ਇਹ ਯਾਦ ਰਹਿ ਗਿਆ ਗੁਰੂ ਦਾ ਤਾਜ ਹੈ ਤਾਂ ਗੁਰੂ ਦੀ ਯਾਦ ਬਣ ਗਈ, ਨਹੀਂ ਉਹ ਯਾਦ ਮਿਸਰ ਗਈ। ਬਿਲਕੁਲ ਜੀ, ਇਸੀ ਕਰਕੇ ਗੁਰਬਾਣੀ ਤੋਂ ਅਸੀਂ ਨਾਲ ਜੁੜ ਕੇ ਆਪਣੇ ਜੀਵਨ ਵਿੱਚ ਜਿਹੜਾ ਪਰਿਵਰਤਨ ਲਿਆਉਣਾ ਉਹ ਤਦ ਹੀ ਪੋਸੀਬਲ ਹੈ ਜੇਕਰ ਅਸੀਂ ਵਾਰ ਵਾਰ ਦੁਹਰਾਵਾਂਗੇ, ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਸਮਝਾਵਾਂਗੇ ਕਿ ਅਸੀਂ ਗੁਰੂ ਦੇ ਸਿੱਖ ਹਾਂ, ਅਤੇ ਗੁਰੂ ਦੇ ਸਿੱਖ ਦਾ ਕੀ ਫਰਜ਼ ਹੈ ਉਹ ਅਸੀਂ ਨਿਭਾਵਾਂਗੇ। ਤੁਹਾਡਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਨਾਲ ਹੀ ਕਰਦੇ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਦੇ ਸਕਦੇ ਹੋ 604-603-7555 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰੋ harpreetsingshow@gmail.com। ਇਹ ਸਾਰੇ ਐਪੀਸੋਡ ਜਿਹੜੇ ਪਿਛਲੇ 2 ਸਾਲਾਂ ਤੋਂ ਅਸੀਂ ਕਰ ਰਹੇ ਹਾਂ ਦੁਬਾਰਾ ਦੇਖਣਾ ਚਾਹੋ ਤਾਂ youtube.com/harpreetsingshow ਤੇ ਜਾ ਕੇ ਦੇਖ ਸਕਦੇ ਹੋ। ਉਸ ਤੋਂ ਇਲਾਵਾ ਭਾਈ ਸਾਹਿਬ ਵੱਲੋਂ ਚਲਾਈ ਜਾਂਦੀ ਇੱਕ ਵੈਬਸਾਈਟ sikhcommunity.net ਜਿੱਥੇ ਕਿ ਆਡੀਓ ਅਤੇ ਵੀਡੀਓ ਦੋਨੋਂ ਹੀ ਪਾਏ ਗਏ ਨੇ ਅਤੇ ਇਹਨਾਂ ਨੂੰ ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ। ਕਿਤੇ ਵੀ ਜਾ ਰਹੇ ਹੋ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਈਜ਼ੀਲੀ ਸੁਣ ਵੀ ਸਕਦੇ ਹੋ। ਸਮਾਂ ਕੱਢ ਕੇ ਪ੍ਰੋਗਰਾਮ ਦੇਖਣ ਲਈ ਧੰਨਵਾਦ। ਜਿਹੜੀ ਤੁਹਾਡੀ ਫੀਡਬੈਕ ਆਉਂਦੀ ਹੈ ਉਸਨੂੰ ਅਸੀਂ ਹਮੇਸ਼ਾ ਹੀ ਨਜ਼ਰ 'ਚ ਰੱਖਦੇ ਹਾਂ ਅਤੇ ਜਦੋਂ ਵੀ ਮੌਕਾ ਮਿਲਦਾ ਹੈ ਉਸਦਾ ਜਵਾਬ ਲੈ ਕੇ ਵਾਪਸ ਆਉਂਦੇ ਹਾਂ ਥਰੂ ਡਿਸਕਸ਼ਨਸ। ਇਸ ਪ੍ਰੋਗਰਾਮ ਦਾ ਮਕਸਦ ਹੀ ਹੈਗਾ ਕਿ ਨਾ ਸਿਰਫ ਸੈਟਰਡੇ ਨੂੰ ਜਿਹੜਾ ਤੁਹਾਡੇ ਤੱਕ ਗੁਰਗਿਆਨ ਸਮੁੰਦਰ ਸੀਰੀਜ਼ ਆਉਂਦੀ ਹੈ, ਲੇਕਿਨ ਹਫ਼ਤੇ ਦੇ ਵਿੱਚ ਮੰਡੇ ਟੂ ਥਰਸਡੇ ਸਵੇਰੇ 6 ਤੋਂ ਲੈ ਕੇ 7 ਵਜੇ ਤੱਕ ਅਤੇ ਮੰਡੇ ਟੂ ਥਰਸਡੇ ਹੀ ਰਾਤ ਨੂੰ 10 ਤੋਂ ਲੈ ਕੇ 11 ਵਜੇ ਤੱਕ ਜੋਏ TV ਪੈਸੀਫਿਕ ਸਟੈਂਡਰਡ ਟਾਈਮ ਦੇ ਮੁਤਾਬਿਕ ਹੋਰ ਬਹੁਤ ਸਾਰੇ ਪ੍ਰੋਗਰਾਮਸ ਲੈ ਕੇ ਆਉਂਦੇ ਹਾਂ। ਇਸ ਵਿੱਚ ਚਾਹਾਂਗੇ ਕਿ ਵੱਧ ਚੜ੍ਹ ਕੇ ਤੁਸੀਂ ਸਹਿਯੋਗ ਦਿਓ ਤਾਂ ਕਿ ਨਿਰੰਤਰ ਇਸ ਪ੍ਰੋਗਰਾਮ ਨੂੰ ਅੱਗੇ ਲਿਆਉਣ ਵਿੱਚ ਅਸੀਂ ਕਾਮਯਾਬ ਰਹੀਏ। ਅਸੀਂ ਸਮਾਂ ਖਰੀਦਦੇ ਹਾਂ ਜੋਏ TV ਤੋਂ ਉਸ ਤੋਂ ਬਾਅਦ ਤੁਹਾਡੇ ਤੱਕ ਪਹੁੰਚ ਕਰਦੇ ਹਾਂ। ਸੋ ਇਸ ਵਾਸਤੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ। ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਗੁੱਡ ਬਾਏ।